ਹਾਂਜੀ ਤੁਹਾਡਾ ਸਾਰਿਆਂ ਦਾ ਚੈਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਚੈਨ ਨੂੰ ਹਿੱਤਕ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਚੱਲਦੇ ਹਾਂ ਅੱਜ ਦੀਆਂ ਆਪਣੀਆਂ ਖਾਸ ਖਬਰਾਂ ਦੇ ਉੱਪਰ। ਸਭ ਤੋਂ ਪਹਿਲੀ ਖਬਰ ਜਿਹੜੀ ਉਹਨਾਂ ਲੋਕਾਂ ਦੇ ਨਾਲ ਸਬੰਧਤ ਹੈ ਜਿਹੜੇ ਆਈਫੋਨ ਦੀ ਵਰਤੋਂ ਕਰਦੇ ਹਨ ਜਾਂ ਜਿਨ੍ਹਾਂ ਦੇ ਕੋਲ ਆਈਪੈਡ ਹੈ ਜਾਂ ਜਿਹੜੇ ਮੈਕਸ ਮੈਕਬੁੱਕ ਯੂਜ਼ ਨੂੰ ਤੁਸੀਂ ਕਹਿੰਦੇ ਹੋ ਜਿਹੜੇ ਕਿ ਐਪਲ ਦੇ ਕੰਪਿਊਟਰ ਹੁੰਦੇ ਹਨ। ਇਹ ਜਿਹੜੀ ਖਬਰ ਹੈ ਜੀ ਤੁਸੀਂ ਬਿਲਕੁਲ ਵੀ ਇਸ ਨੂੰ ਇਗਨੋਰ ਨਾ ਕਰਿਓ Apple ਦੇ ਵੱਲੋਂ ਜਿਹੜਾ ਇੱਕ ਰਿਲੀਜ਼ ਕੀਤੀ ਗਈ ਹੈ ਇਹ ਜਿਹੜੀ ਜਾਣਕਾਰੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ Apple ਨੂੰ ਸ਼ੱਕ ਪਿਆ ਹੈ ਕਿ ਕੋਈ ਜਿਹੜਾ ਸਿਕਿਉਰਟੀ ਦੇ ਨਾਲ ਸੰਬੰਧਿਤ ਜਿਹੜਾ ਹੈ ਜੀ ਕੋਈ ਸੀਰੀਅਸ ਫਲਾਅ ਹੋ ਸਕਦਾ ਹੈ ਮੁੱਲ ਹੈਕਰ ਵਗੈਰਾ ਜਿਹੜੇ ਹਨ ਇਹਨਾਂ ਚੀਜ਼ਾਂ ਦੇ ਉੱਤੇ ਅਟੈਕ ਕਰ ਸਕਦੇ ਹਨ ਜਿਨ੍ਹਾਂ ਦੇ ਕੋਲ Apple ਦੀਆਂ ਇਹ ਡਿਵਾਈਸਿਸ ਵਗੈਰਾ ਹਨ ਸੋ ਇਸ ਕਰਕੇ ਇਹਨਾਂ ਤੋਂ ਬਚਾ ਦੇ ਵਾਸਤੇ ਹੈਕਰ ਤੋਂ ਬਚਣ ਦੇ ਵਾਸਤੇ Apple ਨੇ ਕੀ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਵੀ ਆਈਫੋਨ ਆਈਪੈਡ ਤੇ ਮੈਕਬੁੱਕ ਹੈ ਉਨਾ ਦੀ ਵਾਸਤੇ ਇੱਕ ਜੂਰਨਮੈਂਟੂ ਜਿਹੜੀ ਭੇਜੀ ਹੈ ਜੇ ਤੁਹਾਨੂੰ ਵੀ ਇਹ ਜੂਰਨਮੈਂਟੂ ਮਿਲ ਚੁੱਕੀ ਹੈ ਤੇ ਤੁਸੀਂ ਜਲਦੀ ਤੁਜਲਦੀ ਜਿਹੜਾ ਆਪਣਾ ਫੋਨ ਜਾਈਫਨ ਜੋ ਆਪਣਾ ਆਈਪੈਡ ਵਗੈਰਾ ਜੋ ਵੀ ਤੁਹਾਡੇ ਕੋਲ ਹੈ ਤੁਸੀਂ ਇਸ ਨੂੰ ਜਲਦੀ ਹੀ ਜਿਹੜਾ ਅਪਗ੍ਰੇਡ ਜ਼ਰੂਰ ਕਰ ਲਓ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਸੀਰੀਅਸ ਅਟੈਕ ਤੋਂ ਬਚ ਸਕੋ ਇਹ ਜਿਹੜੀ ਜੂਰਨਮੈਂਟੂ ਜੀ ਇਸ ਦਾ ਨੰਬਰ ਹੈ iOS 15.6.1 ਘਲ ਕਰੀਏ 21 ਜੁਲਾਈ ਦੀ 21 ਜੁਲਾਈ ਦੇ ਵਿੱਚ ਕੀ ਹੋਇਆ ਸੀ ਕਿ ਤੁਸੀਂ ਜਾਣਦੇ ਹੋ ਕਿ ਇਟਲੀ ਦੇ ਵਿੱਚ ਇੱਕ ਦਰਿਆ ਪੈਂਦਾ ਹੈ ਪੋ ਦਰਿਆ ਜਿੱਦਾਂ ਕਿ ਅਦਾ ਦਰਿਆ ਹੈ ਇਸੇ ਤਰ੍ਹਾਂ ਪੋ ਵੀ ਇੱਕ ਇਟਲੀ ਦਾ ਬਹੁਤ ਵੱਡਾ ਦਰਿਆ ਹੈ ਇਹਦੇ ਵਿੱਚ 21 ਜੁਲਾਈ ਨੂੰ ਇੱਕ ਫੋਟੋ ਜਾਰੀ ਕੀਤੀ ਗਈ ਸੀ ਜਿਹਦੇ ਵਿੱਚ ਹੋਇਆ ਕਿ ਸੀ ਕਿ ਕੁਝ ਸਮਾਂ ਪਹਿਲਾਂ ਜਿੱਦਾਂ ਕਿ ਮੀਂਹ ਵਗੈਰਾ ਇਟਲੀ ਦੇ ਵਿੱਚ ਨਹੀਂ ਪੈਰੇ ਸਨ ਤੇ ਮੌਸਮ ਚੇਂਜਸ ਹੋਣ ਦੀ وجہ ਤੇ ਨਾਲ ਕੀ ਹੋਇਆ ਸੀ ਕਿ ਦਰਿਆ ਦੇ ਵਿੱਚ ਜਿਹੜਾ ਪਾਣੀ ਸੀ ਸੁੱਕ ਚੁੱਕਾ ਸੀ ਜਿੱਦਾਂ ਕਿ ਕੁਝ ਖ਼ਬਰਾਂ ਵੀ ਆਈਆਂ ਸਨ ਕਿ ਇਟਲੀ ਦੇ ਵਿੱਚ ਨਦੀਆਂ ਨਾਲੇ ਸੁੱਕਨੇ ਸ਼ੁਰੂ ਹੋ ਚੁੱਕੇ ਹਨ ਇਸੇ ਤਰ੍ਹਾਂ ਇਸ ਪੋਧ ਰਿਆਦੇ ਵਿੱਚ ਵੀ ਹੋਇਆ ਤੇ ਇਸ ਦਰਿਆ ਦੀ ਜਿਹੜੀ ਹਾਲਤ ਇਹੋ ਜਿਹੀ ਹੋ ਚੁੱਕੀ ਸੀ ਕਿ ਇੱਕ ਤਰ੍ਹਾਂ ਦੇ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਦਰਿਆ ਤੋਂ ਇੱਕ ਤਰ੍ਹਾਂ ਦਾ ਇਹ ਨਾਲਾ ਹੀ ਬਣ ਚੁੱਕਾ ਸੀ ਤੇ ਇੱਕ ਬਾਲੀਬਾਲ ਟੀਮ ਜਿਹੜੀ ਕਿ ਇੱਕ ਲੜਕੀਆਂ ਦੀ ਬਾਲੀਬਾਲ ਟੀਮ ਸੀ ਦਰਿਆ ਵਿੱਚੋਂ ਸੁੱਕ ਚੁੱਕਾ ਸੀ ਤੇ ਇਹਨਾਂ ਲੋਕਾਂ ਨੇ ਇਸ ਜਗ੍ਹਾ ਦੇ ਉੱਤੇ ਲੜਕੀਆਂ ਨੇ ਬਾਲੀਬਾਲ ਵੀ ਖੇਡਿਆ ਪਰੰਤੂ ਹੁਣ ਇਸ ਦਰਿਆ ਦੇ ਵਿੱਚ ਕੀ ਸਿਚੁਏਸ਼ਨ ਬਣੀ ਹੈ ਕਿ ਇੱਕ ਤਰ੍ਹਾਂ ਦਾ ਜਿੱਦਾਂ ਕਿ ਪਾਣੀ ਦਾ ਬੰਬ ਹੀ ਇਸ ਦੇ ਵਿੱਚ ਡਿੱਗਿਆ ਹੈ ਜਿਹੜੀਆਂ ਹੁਣ ਦੀਆਂ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਦੀ ਉਹਦੇ ਵੀ ਦੇਖਿਆ ਗਿਆ ਕਿ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਹੈ ਜੀ ਬਹੁਤ ਜ਼ਿਆਦਾ ਉੱਚਾ ਹੋ ਚੁੱਕਾ ਹੈ ਤੇ ਪਾਣੀ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਆ ਚੁੱਕਾ ਹੈ ਖਾਸ ਕਰ ਜਿਹੜਾ ਕਰੀਮਾ ਦੇ ਇਲਾਕੇ ਦੇ ਵਿੱਚ ਬਾਰਿਸ਼ ਵਗੈਰਾ ਹੋਈ ਹੈ ਤੂਫਾਨ ਆਇਆ ਹੈ ਬਿਜਲੀ ਚਮਕੀ ਹੈ ਉਸ ਦੇ ਨਾਲ ਜਿਹੜਾ ਇਸ ਇਲਾਕੇ ਦੇ ਵਿੱਚ ਭਾਰੀ ਜਦਾਂ ਕਿ ਲੈਵਲ ਪਾਣੀ ਦਾ ਉੱਚਾ ਉੱਠ ਚੁੱਕਾ ਹੈ ਬਾਕੀ ਜੀ ਆਪਾਂ ਲੁੰਬਾਰਦੀਆ ਵੈਦਰ ਸੈਂਟਰ ਜਿਹੜਾ ਹੈ ਜੀ ਆਪਾਂ ਉਸ ਦੀ ਸੁਣੀ ਹੈ ਤਾਂ ਉਹ ਹੋਇਆ ਕੀ ਹੈ ਕਿ 1 ਅਗਸਤ ਤੋਂ ਲੈ ਕੇ 19 ਅਗਸਤ 2022 ਤੱਕ ਤਕਰੀਬਨ ਜਿਹੜਾ ਕਰਮੋਨਾ ਦਾ ਸਾਊਥ ਇਲਾਕਾ ਪੈਂਦਾ ਹੈ ਇਹਦੇ ਵਿੱਚ ਤਕਰੀਬਨ 120 ਮਿਲੀਮੀਟਰ ਜਿਹੜੀ ਬਰਖਾ ਹੋਈ ਹੈ ਇਹਦੇ ਨਾਲ ਹੀ ਦਰਿਆ ਦੇ ਲੈਵਲ ਜਿਹੜਾ ਉੱਚਾ ਉੱਠਿਆ ਹੈ ਬਾਕੀ ਇਟਲੀ ਦੇ ਵਿੱਚ ਜਿਹਨਾਂ ਲੋਕਾਂ ਨੇ ਅਜੇ ਤੱਕ ਘਰ ਵਗੈਰਾ ਖਰੀਦ ਲਏ ਹਨ ਉਹਨਾਂ ਲੋਕਾਂ ਤਾਂ ਵੈਸੇ ਤੋਂ ਵਧੀਆ ਹੈ ਜੀ ਸਾਰਾ ਕੁਝ ਕਿਉਂਕਿ ਜਿਹੜਾ ਕੋਈ ਵੀ ਪੈਸਾ ਉਹਨਾਂ ਦਾ ਵਿਕਾਰ ਨਹੀਂ ਜਾ ਰਿਹਾ ਤੇ ਅਗਰ ਉਹ 2 300 ਜਾਂ 400 500 ਜਿਹੜੀ ਕਿਸ਼ਤ ਦੇ ਵੀ ਰਹੇ ਹਨ ਤੇ ਇੱਕ ਤਰ੍ਹਾਂ ਦੀ ਜਿਹੜੀ ਉਹ ਬੈਂਕ ਦੀ ਆਪਣੀ ਡਿਪੋਜ਼ਿਟ ਹੈ ਉਹਨਾਂ ਦੀ ਜਮ੍ਹਾਂ ਹੁੰਦੀ ਹੈ ਕਿਉਂਕਿ ਜਿਹੜੇ ਪੈਸੇ ਪਹਿਲਾਂ ਲੈ ਚੁੱਕੇ ਹਨ ਮ ਇਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਮਕਾਨ ਨਹੀਂ ਲਏ ਉਹ ਲੋਕੇ ਹੀ ਸੋਚਦੇ ਹਨ ਕਿ ਸ਼ਾਇਦ ਜਿਹੜੀਆਂ ਕੀਮਤਾਂ ਹਨ ਜੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਉੱਚੀਆਂ ਉੱਠਣਗੀਆਂ ਪਰੰਤੂ ਤੁਹਾਡੀ ਜਾਣਕਾਰੀ ਵਾਸਤੇ ਦੱਸੀ ਕਿ ਗੁੱਡ ਨਿਊਜ਼ ਆ ਰਹੀ ਹੈ ਜਿਨ੍ਹਾਂ ਲੋਕਾਂ ਨੇ ਅਜੇ ਮਕਾਨ ਨਹੀਂ ਲਏ ਉਹਨਾਂ ਦੇ ਵਾਸਤੇ ਗੁੱਡ ਨਿਊਜ਼ ਹੈ ਇਸ ਨੂੰ ਆਪਾਂ ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਕਿਰਾਏ ਦੇ ਉੱਪਰ ਰਹਿ ਰਹੇ ਹਨ ਉਹਨਾਂ ਦੇ ਵਾਸਤੇ ਇੱਕ ਗੁੱਡ ਨਿਊਜ਼ ਹੈ ਕਿਉਂਕਿ ਜੋ ਵੀ ਬੰਦਾ ਕਿਰਾਏ ਤੇ ਰਹਿੰਦਾ ਹੈ ਇੱਕ ਤਰ੍ਹਾਂ ਦੇ ਨਾਲ ਉਹ ਮਨ ਦੇ ਵਿੱਚ ਦੁਖੀ ਹੁੰਦਾ ਹੈ ਦੁਖੀ ਇਸ ਕਰਕੇ ਹੁੰਦਾ ਕਿਉਂਕਿ ਉਸ ਦੇ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਹੁੰਦੇ ਕਿਉਂ ਇੱਕ ਮਕਾਨ ਖਰੀਦ ਸਕੇ ਕਿਉਂਕਿ ਇਟਲੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਕੋਈ ਵੀ ਆਪਣਾ ਮਕਾਨ ਖਰੀਦਣਾ ਚਾਹੁੰਦੇ ਹੋ ਤੇ ਤੇ ਵਾਸਤੇ ਤੁਹਾਡੇ ਕੋਲ ਵੀ ਕਾਫੀ ਪੈਸਾ ਹੋਣਾ ਜ਼ਰੂਰੀ ਹੈ ਕਿਉਂਕਿ ਤਕਰੀਬਨ ਜਿਹੜਾ 20% ਜਿਹੜਾ ਪੈਸਾ ਹੁੰਦਾ ਜੀ ਤੁਹਾਨੂੰ ਆਪਣੇ ਪੱਲਿਓ ਹੀ ਦੇਣਾ ਪੈਂਦਾ ਹੈ ਤੇ 10-15000 ਯੂਰੋ ਜਿਹੜਾ ਉੱਪਰ ਲੱਗਦਾ ਹੈ ਇੱਕ ਤਰ੍ਹਾਂ ਦੇ ਜਿਹੜੇ ਖਰਚੇ ਹੁੰਦੇ ਨੇ ਏਜੰਸੀਆਂ ਵਗੈਰਾ ਦੇ ਤੇ ਉਹ ਵੀ ਤੁਹਾਨੂੰ ਪੱਲਿਓ ਦੇਣਾ ਪੈਂਦਾ ਇਸ ਤਰ੍ਹਾਂ ਜਿਹੜਾ 60% ਜਾਂ 70% ਦੇ ਕਰੀਬ ਜਿਹੜਾ ਲੋਨ ਬੰਦੇ ਨੂੰ ਮਿਲਦਾ ਹੈ ਪ੍ਰੰਤੂ ਹੁਣ ਜਿਹੜਾ ਆਪਣਾ ਟੌਪਿਕ ਹੈ ਜੀ ਜਿਹੜੇ ਕਿਰਾਏ ਉਹਨਾਂ ਦੇ ਵਾਸਤੇ ਗੁੱਡ ਨਿਊਜ਼ ਇਹ ਹੈ ਇਸ ਚੀਜ਼ ਨੇ ਦੱਸਦੀ ਹੈ ਕਿ ਤਕਰੀਬਨ 1460 ਜਿਹੜੇ ਏਜੰਟ ਦੀ ਇਮੋਬਿਲਿਅਰੀ ਹੁੰਦੇ ਹਨ ਉਹਨਾਂ ਦੇ ਨਾਲ ਜਿਹੜੀ ਜਾਣਕਾਰੀ ਇਸ ਦੇ ਵਾਸਤੇ ਜਿਹੜੀ ਸਾਂਝਾ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਨਿਕਲੀ ਹੈ ਉਹੀ ਤੁਹਾਨੂੰ ਦੱਸ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੱਸਿਆ ਜਾਂਦੀ ਹੈ ਕਿ ਜਿਹੜਾ ਫਿਲਹਾਲ ਜਿਹੜੀਆਂ ਕੀਮਤਾਂ ਮਕਾਨਾਂ ਦੀਆਂ ਇੱਕਦਮ ਸਟੇਬਲ ਹੋ ਚੁੱਕੀਆਂ ਹਨ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਕੀ ਹੋਇਆ ਸੀ ਕਿ ਮਕਾਨਾਂ ਦੇ ਜਿਹੜਾ ਕੁਝ ਸਮੇਂ ਤੋਂ ਕੀਮਤਾਂ ਉੱਪਰ ਜਾਣੀਆਂ ਸ਼ੁਰੂ ਹੋ ਚੁੱਕੀਆਂ ਸਨ ਕੁਝ ਲੋਕਾਂ ਨੇ ਮਕਾਨ ਵਗੈਰਾ ਖਰੀਦੇ ਸਨ ਉਸ ਤੋਂ ਬਾਅਦ ਜਿਹੜੇ ਮਕਾਨਾਂ ਦੇ ਰੇਟ ਹੋਰ ਵਧੇ ਸਨ ਪ੍ਰੰਤੂ ਹੁਣ ਜਿਹੜੀਆਂ ਕੀਮਤਾਂ ਹਨ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀਆਂ ਕੀਮਤਾਂ ਹਨ ਉਹ ਥੱਲੇ ਡਿੱਗ ਸਕਦੀਆਂ ਹਨ ਮਕਾਨਾਂ ਦੀਆਂ ਮਤਲਬ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਤੁਹਾਨੂੰ ਮਕਾਨ ਹੈ ਜੀ ਸਸਤਾ ਮਿਲ ਸਕਦਾ ਹੈ ਸੋ ਤੁਸੀਂ ਵੇਟ ਕਰ ਸਕਦੇ ਹੋ ਜੇ ਤੁਸੀਂ ਮਕਾਨ ਅਜੇ ਤੱਕ ਨਹੀਂ ਲਿਆ ਤੇ ਹੋ ਸਕਦਾ ਕਿ ਥੋੜਾ ਸਬੀਟ ਕਰੋਗੇ ਤਾਂ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਸਸਤਾ ਮਿਲੇ ਕਿਉਂਕਿ ਜਿਹੜਾ ਸਰਵੇ ਹੋਇਆ ਉਹਦੇ ਵਿੱਚ ਇਸੇ ਤਰ੍ਹਾਂ ਦੇ ਜਿਹੜੇ ਸਿਨਿਆਲੀ ਹੈ ਜੀ ਜਿਸ ਨੂੰ ਤੁਸੀਂ ਸਿਗਨਲ ਵੀ ਕਹਿ ਸਕਦੇ ਆ ਇਹ ਤਰ੍ਹਾਂ ਦੇ ਜਿਹੜੇ ਸਿਗਨਲ ਮਿਲੇ ਹਨ ਚੱਲਦੇ ਹਾਂ ਜੀ ਆਪਣੇ ਅਗਲੇ ਅਪਡੇਟ ਦੇ ਉੱਤੇ ਅਗਲਾ ਅਪਡੇਟ ਆਪਣਾ ਇੱਕ ਬਹੁਤ ਹੀ ਖਾਸ ਅਪਡੇਟ ਹੈ ਜਿੱਦਾਂ ਕਿ ਤੁਸੀਂ ਇਸ ਟਾਈਮ ਦੁਨੀਆ ਦੇ ਵਿੱਚ ਦੇਖ ਰਹੇ ਹੋ ਕਿ ਸਾਰੀ ਦੁਨੀਆ ਦੇ ਵਿੱਚ ਇੱਕ ਡਰ ਪੈਦਾ ਹੋ ਚੁੱਕਾ ਹੈ ਕਿ ਕਿਸੇ ਟਾਈਮ ਵੀ ਜਿਹੜੀ ਲੜਾਈ ਲੱਗ ਸਕਦੀ ਹੈ ਕਿਉਂਕਿ ਪਹਿਲਾਂ ਯੂਕਰੇਨ ਤੇ ਰੂਸ ਦਾ ਖਤਰਾ ਵਧਿਆ ਸੀ ਲੋਕਾਂ ਦੇ ਮਨ ਦੇ ਵਿੱਚ ਆਇਆ ਸੀ ਕਿ ਸ਼ਾਇਦ ਜਿਹੜਾ ਹੈ ਜੀ ਯੂਰਪ ਦੇ ਨਾਲ ਹੀ ਲੜਾਈ ਲੱਗ ਜਾਵੇ ਤੇ ਹੋ ਸਕਦਾ ਲੋਕਾਂ ਦਾ ਨੁਕਸਾਨ ਹੋ ਜਾਵੇ ਪਰੰਤੂ ਹੁਣ ਚਾਈਨਾ ਤੇ ਤਾਈਵਾਨ ਤੇ ਇਹਦੇ ਵਿੱਚ ਇਸ ਤਰ੍ਹਾਂ ਇਹ ਹੈ ਕਿ ਅਮਰੀਕਾ ਵੀ ਇਸ ਦੇ ਵਿੱਚ ਦਖਲ ਦੇ ਸਕਦਾ ਹੈ ਹੁਣ ਵੀ ਜਿਹੜੀ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੈਸੇ ਤਾਂ ਹਰ ਬੰਦਾ ਇਹੀ ਸੋਚਦਾ ਹੈ ਕਿ ਜੇ ਕੋਈ ਕਿਸੇ ਨੂੰ ਬਿਮਾਰੀ ਆਏਗੀ ਤਾਂ ਲੋਕਾਂ ਦੇ ਵਾਸਤੇ ਹੁੰਦੀ ਹੈ ਜੇ ਕੋਈ ਖਤਰਾ ਵੱਡਾ ਹੈ ਯੁੱਧ ਦੇ ਵਿੱਚ ਕੋਈ ਹੁੰਦਾ ਹੈ ਤਾਂ ਲੋਕਾਂ ਦੇ ਵਾਸਤੇ ਹੋਏਗਾ ਹਰ ਬੰਦਾ ਆਪਣੇ ਤੌਰ ਤੇ ਇਹੀ ਸੋਚਦਾ ਹੈ ਕਿ ਕੋ ਜਿਹੜਾ ਹੋ ਸਕਦਾ ਸੇਫ ਰਹਿ ਜਾਵੇ ਹਰ ਬੰਦਾ ਇਸੇ ਤਰ੍ਹਾਂ ਸੋਚਦਾ ਹੈ ਹੋਇਆ ਇਸ ਤਰ੍ਹਾਂ ਕਿ ਇੱਕ ਸਰਵੇ ਕੀਤਾ ਗਿਆ ਹੈ ਜਿਹੜਾ ਕਿ ਰੂਟਰੀਜ਼ ਯੂਨੀਵਰਸਿਟੀ ਜਿਹੜੀ ਕਿ ਨਿਊ ਜਰਸੀ ਦੇ ਵਿੱਚ ਪੈਂਦੀ ਹੈ ਇਸ ਦੇ ਵੱਲੋਂ ਕੁਝ ਜਿਹੜੀਆਂ ਸਿਨੇਰੀਜ਼ ਵਗੈਰਾ ਬਣਾਈਆਂ ਗਈਆਂ ਨੇ 6 ਸਿਨੇਰੀਜ਼ ਵਗੈਰਾ ਜਿੱਦਾਂ ਕਿ ਯੁੱਧ ਦੇ ਨਾਲ ਸੰਬੰਧਿਤ ਉਹਦੇ ਵਿੱਚ ਇਹਨਾਂ ਨੇ ਇੱਕ ਇਮੇਜਿਨੇਸ਼ਨ ਕਰਕੇ ਦੇਖਿਆ ਇੱਕ ਤਰ੍ਹਾਂ ਦੀ ਜਿਹੜੀ ਖੋਜ ਕੀਤੀ ਹੈ ਕਿ ਅਗਰ ਯੁੱਧ ਲੱਗਦਾ ਹੈ ਤਾਂ ਉਸ ਟਾਈਮ ਜਿਹੜਾ ਕੀ ਹੋ ਸਕਦਾ ਦੱਸਿਆ ਗਿਆ ਕਿ 5 ਬਿਲੀਅਨ ਲੋਕ ਮਤਲਬ 500 ਕਰੋੜ ਲੋਕ ਜਿਹੜੇ ਹਨ ਜੀਨਾਂ ਦੀ ਮੌਤ ਯੁੱਧ ਦੇ ਵਿੱਚ ਹੋ ਸਕਦੀ ਹੈ ਵੈਸੇ ਤੁਹਾਨੂੰ ਇੱਥੇ ਜਾਣਕਾਰੀ ਦੱਸ ਦਈਏ ਕਿ ਜਿਹੜੀ 500 ਕਰੋੜ ਦੀ ਦੱਸੀ ਗਈ ਹੈ ਕਿ ਮੌਤ ਲੋਕਾਂ ਦੀ ਹੋ ਸਕਦੀ ਹੈ ਇਹ ਜਿਹੜੀ ਯੂਨੀਵਰਸਿਟੀ ਦੇ ਵੱਲੋਂ ਜਿਹੜੀ ਹੁਣ ਖੋਜ ਕੀਤੀ ਗਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਵੈਸੇ ਜਿਹੜੀ ਇਸ ਦੀ ਇੱਕ ਭਵਿਖਿਆਣੀ ਵੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਦੁਨੀਆ ਦੀ 800 ਕਰੋੜ ਦੀ ਆਬਾਦੀ ਦੇ ਵਿੱਚੋਂ 2024-25 ਜਾਂ 2026 ਤੱਕ ਤਕਰੀਬਨ ਜਿਹੜੇ 50 ਕਰੋੜ ਬੰਦੇ ਬਚਣ ਦੀ ਆਸ ਹੈ ਬਾਕੀ ਸਾਰੇ ਲੋਕ ਜਿਹੜੇ ਹਨ ਜੂਨਾਂ ਦਾ ਨੁਕਸਾਨ ਹੋ ਸਕਦਾ ਹੈ ਇਹ ਜਿਹੜੀ ਭਵਿੱਖਵਾਣੀ ਪਹਿਲਾਂ ਕੀਤੀ ਗਈ ਸੀ ਤੇ ਹੁਣ ਜਿਹੜੀ ਸਾਇੰਸ ਨੇ 20 ਦੇ ਉੱਤੇ ਯੂਨੀਵਰਸਿਟੀ ਨੇ 20 ਦੇ ਉੱਤੇ ਮੋਰ ਲਾਈ ਹੈ ਤੇ ਉਹਨਾਂ ਨੇ 500 ਕਰੋੜ ਲੋਕਾਂ ਦਾ ਅੰਕੜਾ ਦੱਸਿਆ ਹੈ ਤੇ ਇਹਦੇ ਵਿੱਚ ਜਿਹੜੀ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਦੋ ਦੇਸ਼ ਇਹੋ ਜੇ ਹੋਣਗੇ ਜਿਹੜੇ ਅਗਰ ਪਰਮਾਣੂ ਬੰਬ ਚੱਲਦੇ ਹਨ اٹੋਮਿਕ ਯੁੱਧ ਹੁੰਦਾ ਹੈ ਤੇ ਉਹਦੇ ਵਿੱਚ ਵੀ ਜਿਹੜੇ ਦੋ ਦੇਸ਼ ਹਨ ਸੁਰੱਖਿਅਤ ਰਹਿ ਸਕਦੇ ਹਨ ਇਹ ਦੋ ਦੇਸ਼ ਕਿਹੜੇ ਹਨ ਤੁਹਾਨੂੰ ਇਹਨਾਂ ਦੇ ਨਾਮ ਵੀ ਦੱਸ ਰਿਹਾ ਹਾਂ ਹੋ ਸਕਦਾ ਹੈ ਕਿ ਜਿਹੜੀ ਵੀਡੀਓ ਸੁਣ ਕੇ ਜਾਂ ਜਿਹੜੀ ਗੱਲ ਸੁਣ ਕੇ ਬਹੁਤੇ ਲੋਕ ਇਹ ਸੋਚਣ ਕਿ ਕਿਉਂ ਨਾ ਇਹਨਾਂ ਦੇਸ਼ਾਂ ਦੀ ਵਿੱਚ ਜਾਇਆ ਜਾਵੇ ਇਹਨਾਂ ਦੇ ਵਿੱਚੋਂ ਇੱਕ ਦੇਸ਼ ਚੰਗਾ ਹੈ ਰਹਿਣ ਦੇ ਵਾਸਤੇ ਇੱਕ ਦੇਸ਼ ਜਿਹੜਾ ਹੈ ਜੀ ਕੋਈ ਖਾਸ ਨਹੀਂ ਹੈ ਇੱਕ ਦੇਸ਼ ਦਾ ਨਾਮ ਹੈ ਅਰਜنٹინა ਜਿਸ ਨੂੰ ਤੁਸੀਂ ਅਰਜنٹინა ਵੀ ਕਹਿ ਸਕਦੇ ਹੋ ਤੇ ਦੂਸਰਾ ਦੇਸ਼ ਹੈ ਜੀ ਆਪਣਾ ਬਹੁਤ ਜ਼ਿਆਦਾ ਜਾਣਿਆ ਪਛਾਣਿਆ ਦੇਸ਼ ਹੈ ਤੁਸੀਂ ਵੀ ਆਈਡੀਆ ਲਗਾ ਸਕਦੇ ਹੋ ਦੂਸਰਾ ਦੇਸ਼ ਉਹ ਦੇਸ਼ ਹੈ ਜਿੱਥੇ ਆਪਣੇ ਬਹੁਤ ਸਾਰੇ ਪੰਜਾਬੀ ਜਿਹੜੇ ਨੌਜਵਾਨ ਹਨ ਲੜਕੀ ਹਨ ਲੜਗੀਆਂ ਸਟੱਡੀ ਦੇ ਵਾਸਤੇ ਜਾਂਦੇ ਹਨ ਜੇ ਤੁਹਾਡੇ ਦਿਮਾਗ ਦੇ ਵਿੱਚ ਆ ਗਿਆ ਹੋਵੇਗਾ ਉਸ ਦੇਸ਼ ਦਾ ਨਾਮ ਮੇਰੇ ਨਾਮ ਦੱਸਣ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਬੇਸ਼ੱਕ ਤੁਸੀਂ ਇੱਥੇ ਵੀਡੀਓ ਪਾਜ਼ ਕਰ ਸਕਦੇ ਹੋ ਹੁਣ ਤੁਹਾਨੂੰ ਉਸ ਦੇਸ਼ ਦਾ ਨਾਮ ਵੀ ਦੱਸਦੇ ਹਾਂ ਦੂਸਰਾ ਦੇਸ਼ ਹੈ ਜੀ ਆਸਟ੍ਰੇਲੀਆ ਆਸਟ੍ਰੇਲੀਆ ਔਰ ਆਰਜਨਟੀਨਾ ਜਿਹੜੇ ਦੋਨੋਂ ਦੇਸ਼ ਹਨ ਦੱਸਿਆ ਗਿਆ ਹੈ ਕਿ ਅਗਰ ਯੁੱਧ ਵੀ ਹੁੰਦਾ ਹੈ ਪੂਰੀਆਂ ਬੁਰੀਆਂ ਜਿਹੜੀਆਂ ਕੰਡੀਸ਼ਨ ਵੀ ਹੁੰਦੀਆਂ ਉਸ ਟਾਈਮ ਵੀ ਜਿਹੜਾ ਹੈ ਜੀ ਇੱਥੇ ਮਤਲਬ ਲੋਕਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਦੀ ਫਸਲਾਂ ਵਗੈਰਾ ਵੀ ਜੀਣ ਸੁਰੱਖਿਅਤ ਰਹਿ ਸਕਦੀਆਂ ਹਨ ਇਹ ਜਿਹੜੀ ਕਿਸੇ ਦੇ ਵੱਲੋਂ ਕੋਈ ਭਵੋਕਵਾਣੀ ਨਹੀਂ ਕੀਤੀ ਗਈ ਬਿਲਕੁਲ ਜਿਹੜੀ ਖੋਜ ਕੀਤੀ ਗਈ ਹੈ ਯੂਨੀਵਰਸਿਟੀ ਦੇ ਵੱਲੋਂ ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ